ਸ਼੍ਰੀਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਤੁਹਾਡਾ ਸਾਰਿਆਂ ਦਾ ਆਈ ਹੋਪ ਕਿ ਤੁਸੀਂ ਸਾਰੇ ਬਹੁਤ ਹੀ ਵਧੀਆ ਚੜ੍ਹਦੀ ਕਲਾ ਵਿੱਚ ਹੋਵੋਗੇ ਤੁਹਾਡੀ ਕਾਢੋ ਫੁੱਲਾਂ 'ਤੇ ਹੋਊਗੀ ਇਹ ਜਿਹੜਾ ਨਵਾਂ ਜਿਹੜਾ ਰੂਲ ਲਾਗੂ ਹੋਇਆ ਉਹਨੂੰ ਕਹਿੰਦੇ ਆ SDS ਸਟੂਡੈਂਟ ਡਾਇਰੈਕਟ ਸਟ੍ਰੀਮ SDS ਹੈ ਉਹਦੇ ਵਿੱਚ ਥੋੜ੍ਹੀ ਜਿਹੀ ਰਿਕੁਆਇਰਮੈਂਟ ਥੋੜ੍ਹੀ ਜਿਹੀ ਅੱਪ ਕਰਤੀ ਹੈ ਨਵੀਂ ਚੀਜ਼ ਕੱਢ ਦਿੰਦੇ ਹਨ ਬਸ ਆਪਾਂ ਇਹ ਵਗਾ ਕੇ ਮਾਰਦੇ ਯਾਰ ਵੀ ਤੁਸੀਂ ਕਾਹਤੋਂ ਨਹੀਂ ਆਉਣ ਦਿੰਦੇ ਜਵਾਕਾਂ ਨੂੰ ਜਵਾਕ ਆਉਂਦੇ ਸੀਗੇ ਜਿਹੜੇ 5.5 ਮਿੰਟ ਵਾਲੇ ਕੈਨੇਡਾ ਦੇ ਰੂਲ ਚੇਂਜ ਹੋ ਗਏ ਆ ਜਿਹੜੇ ਸਟੂਡੈਂਟਸ ਨਵੇਂ ਆਉਣਗੇ ਉਹਨਾਂ ਲਈ ਰੂਲ ਟੋਟਲੀ ਡਿਫਰੈਂਟ ਹੋ ਗਏ ਆ ਜਿਹੜੇ ਪਹਿਲਾਂ ਰੂਲ ਸੀਗੇ ਹੁਣ ਉਹ ਰੂਲ ਨਹੀਂ ਰਹੇ ਵੀ ਪਹਿਲਾਂ ਜਿਹੜਾ SPV ਪ੍ਰੋਗਰਾਮ ਹੁੰਦਾ ਸੀ ਉਹ 'ਚ ਕੀ ਕੁਛ ਹੁੰਦਾ ਸੀ ਵਿੱਚ ਉਹਦੀ ਰਿਕੁਆਇਰਮੈਂਟ ਸੀਗੀ ਵੀ 6 ਬੈਂਡ ਤੁਹਾਡੇ ਓਵਰਆਲ ਹੋਣੇ ਚਾਹੀਦੇ ਆ ਅਤੇ ਤੁਹਾਡੇ 5.5 ਬੈਂਡ ਈਚ ਮੋਡਿਊਲ 'ਚ ਹੋਣੇ ਚਾਹੀਦੇ ਆ ਅਤੇ ਦੂਜੀ ਗੱਲ ਆਪਣੀ ਜਿਹੜੀ GIC ਆ ਉਹ ਜਮ੍ਹਾਂ ਕਰਾਉਂਦੇ ਸੀ $10,000 ਤੀਜੀ ਗੱਲ SPP ਦੇ ਵਿੱਚ 47 ਕਾਲਜਸ ਸੀ ਉਹਨਾਂ ਦੇ ਵਿੱਚ ਤੁਸੀਂ ਸਿਲੈਕਟ ਕਰਨਾ ਹੁੰਦਾ ਸੀਗਾ ਵੀ ਤੁਸੀਂ ਕਿਹੜੇ ਕਾਲਜ ਦੇ ਵਿੱਚ ਆਉਣਾ ਇੱਕ ਤੁਸੀਂ 6 ਮਹੀਨਿਆਂ ਦੀ ਫੀਸ ਦੇਣੀ ਹੁੰਦੀ ਸੀ ਵੀ ਜਿਹੜੀ 8,000 ਦੇ ਗਿਆ ਮੈਂ 8 ਕਿ 10,000 ਮੇਰੀ GIC ਸੀਗੀ ਉਦੋਂ ਹੁਣ ਜਿਹੜਾ DS ਆਇਆ ਸਭ ਤੋਂ ਪਹਿਲੀ ਸ਼ਰਤ ਇਹਨਾਂ ਨੇ ਇਹ ਰੱਖੀ ਹੈ ਵੀ ਜਿਹੜੇ ਤੁਹਾਡੇ IELTS ਬੈਂਡ ਆ ਉਹ ਤੁਹਾਡੇ ਓਵਰਆਲ 6 ਬੈਂਡ ਹੋਣੇ ਚਾਹੀਦੇ ਬਟ ਨੋਟ ਲੈਸ ਦੈਨ 6 ਹਰੇਕ ਮੋਡਿਊਲ 'ਚ ਤੁਹਾਡੇ 6 ਬੈਂਡ ਹੋਣੇ ਚਾਹੀਦੇ ਤੁਹਾਡੇ ਵੱਧ ਆਉਂਦੇ ਕੋਈ ਚੱਕਰ ਨਹੀਂ ਪਰ ਜੇ ਤੁਹਾਡੇ ਘੱਟ ਆਉਂਦੇ ਆ ਤੁਹਾਡੇ 5.5 ਬੈਂਡ ਆ ਓਵਰਆਲ 6 ਆ ਫਾਈਲ ਨਾਲ ਆਏ ਤੁਹਾਡਾ ਵੀਜ਼ਾ ਰਿਜੈਕਟ ਹੋਊਗਾ ਦੂਜੀ ਗੱਲ ਇਹ ਜਦੋਂ ਪਹਿਲਾਂ ਆਪਾਂ SPP ਦੇ ਅੰਡਰ ਫਾਈਲ ਲਾਉਂਦੇ ਸੀਗੇ 47 ਕਾਲਜਸ ਉਹਦੇ ਅੰਡਰ ਆਉਂਦੇ ਸੀ ਉਹਨਾਂ 47 ਕਾਲਜਸ ਦੇ ਵਿੱਚੋਂ ਹੀ ਆਪਾਂ ਕੋਈ ਕਾਲਜ ਸਿਲੈਕਟ ਕਰੀਦਾ ਪਰ ਹੁਣ ਉਹ ਖਤਮ ਆ 47 ਕਾਲਜਸ ਨਹੀਂ ਹੁਣ ਸੋ ਮੈਨੀ ਕਾਲਜਸ ਤੁਹਾਡੇ ਕਾਲਜ ਹੁਣ ਜਿਹੜੇ ਹੈਗੇ ਆ ਉਹ ਵੱਧ ਗਏ ਆ ਜਿੰਨੇ ਵੀ ਕੈਨੇਡਾ ਦੇ ਵਿੱਚ ਕਾਲਜ ਆ ਜਿਨ੍ਹਾਂ ਦੇ ਵੀ LI ਨੰਬਰ ਹੈਗੇ ਅਤੇ ਸਰਚ ਕਰਿਓ DLI ਨੰਬਰ ਬਾਕੀ ਮੈਂ ਤੁਹਾਨੂੰ ਦਿਖਾਊਂਗਾ ਇੱਥੇ ਵੀ DLI ਨੰਬਰ ਕੀ ਹੁੰਦਾ ਇਹਨਾਂ ਦਾ ਵੀ DLI ਨੰਬਰ ਆ ਉਸ ਕਾਲਜ ਦੇ ਵਿੱਚ ਤੁਸੀਂ ਐਡਮਿਸ਼ਨ ਲੈ ਸਕਦੇ ਆ ਬਹੁਤ ਵਧੀਆ ਕੰਮ ਕਰਤਾ ਇਹਨੇ ਜਿੱਦਾਂ ਵੀ ਉਹ 47 ਕਾਲਜ ਹੁੰਦੇ ਸੀਗੇ ਤੁਹਾਨੂੰ ਉਹਨਾਂ 'ਚ ਐਡਮਿਸ਼ਨ ਲੈਣੀ ਪੈਂਦੀ ਸੀ ਜਿਹੜੀ ਕੋਲ ਆਪਸ਼ਨਾਂ ਬਹੁਤ ਆ ਬਹੁਤ ਕਾਲਜਸ ਆ ਇਹ ਵਧੀਆ ਕੀਤਾ ਜਿਹੜੀ ਤੀਜੀ ਨਿਊਜ਼ ਆ ਵੀ ਜਿਹੜੀ ਫੀਸ ਆ ਪਹਿਲਾਂ 6 ਮਹੀਨੇ ਦੀ ਫੀਸ ਭਰਦੇ ਸੀ ਆਪਾਂ ਹੁਣ ਕਹਿੰਦੇ ਵੀ ਸਾਲ ਦੀ ਫੀਸ ਭਰਨੀ ਆ ਤੁਸੀਂ ਇੱਕ ਸਮੈਸਟਰ ਦੀ ਫੀਸ $8,000 ਆ $8,000 ਹੋਰ ਪਲੱਸ ਕਰ ਦਿਓ $16,000 ਇਹ ਹੋ ਗਿਆ $10,000 ਦੂਜਾ ਹੋ ਗਿਆ ਪੈਸਿਆਂ ਨੂੰ ਕੰਮ ਵਧਾ ਦਿਆ ਥੋੜ੍ਹਾ ਜਿਹਾ ਔਨਲਾਈਨ ਫਾਈਲ ਲੱਗਦੀ ਹੈ ਇੱਕ ਪੇਪਰ ਫਾਈਲ ਲੱਗਦੀ ਹੈ ਔਨਲਾਈਨ ਫਾਈਲ ਹੁੰਦੀ ਹੈ ਉਹਦਾ ਪ੍ਰੋਸੈਸ ਥੋੜ੍ਹਾ ਜਿਹਾ ਤੇਜ਼ ਹੁੰਦਾ ਪੇਪਰ ਜਿਹੜੀ ਫਾਈਲ ਹੁੰਦੀ ਉਹਦਾ ਟਾਈਮ ਵੱਧ ਲੱਗਦਾ ਨਾ ਵੀ ਵੈਸੇ ਵੀ ਔਨਲਾਈਨ ਅਪਲਾਈ ਕਰਵਾਉਣਾ ਹੈ ਕਿ ਤੁਸੀਂ ਪੇਪਰ ਫਾਈਲ ਅਪਲਾਈ ਕਰਵਾਉਣੀ ਹੈ ਪਰ ਮੈਂ ਤੁਹਾਨੂੰ ਇਹ ਕਹੂੰਗਾ ਪਹਿਲਾਂ ਔਨਲਾਈਨ ਅਪਲਾਈ ਕਰਵਾ ਦਿਓ ਕਿਉਂਕਿ ਉਹਦਾ ਪ੍ਰੋਸੈਸ ਥੋੜ੍ਹਾ ਜਿਹਾ ਛੇਤੀ ਹੁੰਦਾ ਮੈਂ ਪਹਿਲਾਂ ਔਨਲਾਈਨ ਅਪਲਾਈ ਕੀਤੀ ਸੀ ਮੇਰਾ ਰਿਜੈਕਟ ਹੋ ਗਿਆ ਸੀ ਉਹ ਕਹਿੰਦੇ ਨਹੀਂ ਦੇਣਾ ਉਹਨੂੰ ਵੀਜ਼ਾ ਇਹ ਨਲਾਇਕ ਆ ਅਤੇ ਪਰ ਫਿਰ ਬਾਅਦ 'ਚ ਪੇਪਰ ਫਾਈਲ ਅਪਲਾਈ ਕੀਤੀ ਸੀ SPP ਦੇ ਵਿੱਚ ਮੇਰਾ ਰਿਜੈਕਟ ਹੋਇਆ ਸੀ ਫਿਰ ਮੇਰੀ ਨੋਨ SPP ਦੇ ਵਿੱਚ ਫਾਈਲ ਲੱਗੀ ਸੀ ਫਿਰ ਅਸੀਂ ਪੇਪਰ ਵਰਕ ਕਰ ਲਿਆ ਸੀਗਾ ਅਤੇ ਔਨਲਾਈਨ ਫਾਈਲ ਨਾਲ ਇੱਕ ਹੋਰ ਚੀਜ਼ ਉਹਨਾਂ ਨੂੰ ਵੀ ਸੌਖਾ ਹੋ ਜਾਂਦਾ ਉਹਨਾਂ ਕੋਲ ਇੰਟਰਨੈਟ ਰਾਹੀਂ ਫਾਈਲਾਂ ਜਾ ਵੜਨੀਆਂ ਅਤੇ ਉਹਨਾਂ ਨੇ ਡਾਕੂਮੈਂਟ ਜਿਹੜੇ ਤੁਹਾਡੇ ਉਹਨੇ ਅਪਰੂਵ ਲੈਣੇ ਆ ਥੋੜ੍ਹੇ ਟਾਈਮ ਦੇ ਵਿੱਚ ਤੁਹਾਨੂੰ ਵੀਜ਼ਾ ਦੇ ਦੇਣਾ ਉਹਨਾਂ ਨੇ ਜਿਹੜਾ SDS ਦੇ ਥਰੂ ਫਾਈਲ ਲਊਗਾ ਉਹਦਾ ਆਲਮੋਸਟ 45 ਡੇਜ਼ ਲੱਗਣਗੇ ਰਿਜ਼ਲਟ ਆਉਣ 'ਤੇ ਮੈਕਸੀਮਮ 45 ਡੇਜ਼ ਆ ਪਹਿਲਾਂ ਵੀ ਆ ਸਕਦਾ ਦੋਵਾਂ ਦਿਨਾਂ 'ਚ ਵੀ ਰਿਜ਼ਲਟ ਦੇ ਸਕਦੇ 10 'ਚ ਵੀ ਦੇ ਸਕਦੇ 15 'ਚ ਵੀ ਦੇ ਸਕਦੇ ਆ ਉਹਨਾਂ ਦੀ ਵਿਸ਼ ਆ ਵੀ ਕਦੋਂ ਦੇਣਗੇ ਨਾ ਮੈਨੂੰ ਬਹੁਤ ਜਣਿਆਂ ਨੇ ਪੁੱਛਿਆ ਤੁਸੀਂ ਵੀਜ਼ਾ ਕਿਵੇਂ ਲਵਾਇਆ ਸੋ ਮੈਂ ਆਪਦਾ ਦੱਸਦਾ ਵੀ ਮੇਰਾ ਰਿਵੀਜ਼ਾ ਪਹਿਲਾਂ ਰਿਜੈਕਟ ਹੋ ਗਿਆ ਜੀ ਚੰਗੇ ਨੰਬਰ ਸੀਗੇ ਡਿਪਲੋਮਾ ਕਰਕੇ ਆਇਆ ਸੀਗਾ ਪਾਇਲਟ 'ਚੋਂ ਸਕੋਰ ਵਧੀਆ ਕੀਤੇ ਸੀਗੇ ਐਵਰੀਥਿੰਗ ਵਾਜ ਪ੍ਰੋਪਰ ਨੋ ਗੈਪ ਆਫ ਸਟੱਡੀ ਆਈ ਵਾਜ ਰੈਗੂਲਰ ਇਨ ਮਾਈ ਸਟੱਡੀਜ਼ ਬਟ ਉਹਨਾਂ ਨੇ ਮੇਰਾ ਵੀਜ਼ਾ ਰਿਜੈਕਟ ਕਰਤਾ ਰੀਜ਼ਨ ਇਹਨਾਂ ਨੇ ਲਿਖਿਆ ਕਿ ਜਿਹੜਾ ਬੰਦਾ ਇਹਨੇ ਕੈਨੇਡਾ ਜਾਣਾ ਕੈਨੇਡਾ ਜਾ ਕੇ ਪੜ੍ਹਨਾ ਪਰ ਉੱਥੋਂ ਵਾਪਸ ਨਹੀਂ ਆਉਣਾ ਇਹਨੇ ਉੱਥੇ ਹੀ ਰਹਿਣਾ ਫਿਰ ਹੁਣ ਦੱਸੋ ਕਿ ਜਿਹੜਾ ਕੈਨੇਡਾ ਜਾਊਗਾ ਵਾਪਸ ਕਾਹਤੋਂ ਆਊਗਾ ਹੁਣ ਆਪਾਂ ਸਾਰੇ ਜਣੇ ਉਰੇ ਆਏ ਹਾਂ ਆਪਾਂ ਵਾਪਸ ਕਾਹਤੋਂ ਜਾਵਾਂਗੇ ਇਹ ਇਹਨਾਂ ਨੇ ਰੀਜ਼ਨ ਦਿੱਤਾ ਸੀਗਾ SPP ਦੇ ਅੰਡਰ ਅਪਲਾਈ ਕੀਤਾ ਸੀਗਾ ਰਿਜੈਕਟ ਹੋਇਆ ਸੀਗਾ ਮੇਰਾ ਆਪਾਂ ਹੌਸਲਾ ਨਹੀਂ ਛੱਡਿਆ ਤੁਹਾਡਾ ਵੀ SDS ਦੇ ਵਿੱਚ ਯੂਜ਼ ਹੁੰਦਾ ਨਾ ਤਾਂ ਤੁਸੀਂ ਆਪਦਾ ਜਨਰਲ ਕੈਟੇਗਰੀ ਦੇ ਵਿੱਚ ਲਾ ਸਕਦੇ ਹੋ ਅਤੇ ਕੋਈ ਪ੍ਰੋਬਲਮ ਨਹੀਂ ਇਹਦਾ ਮਤਲਬ ਇਹ ਨਹੀਂ ਜਿਵੇਂ SDS ਦੇ ਵਿੱਚ ਤੁਹਾਡਾ ਰਿਫਿਊਜ਼ ਹੋ ਗਿਆ ਤਾਂ ਤੁਸੀਂ ਢੇਰੀ ਢਾ ਲੈਣੀ ਹੈ ਢੇਰੀ ਕਦੇ ਨਹੀਂ ਢਾਉਣੀ ਬੀ ਪੋਜ਼ਿਟਿਵ ਕਦੇ ਵੀ ਨੈਗੇਟਿਵ ਨਹੀਂ ਸੋਚਣਾ ਆਪਦੀ ਲਾਈਫ ਦੇ ਵਿੱਚ ਜੇ ਤੁਸੀਂ ਨੈਗੇਟਿਵ ਸੋਚੋਗੇ ਤਾਂ ਤੁਹਾਡੇ ਨਾਲ ਨੈਗੇਟਿਵ ਹੀ ਹੋਊਗਾ ਸਟੇ ਪੋਜ਼ਿਟਿਵ ਸਭ ਤੋਂ ਵੱਡੀ ਗੱਲ ਸਟੇ ਪੋਜ਼ਿਟਿਵ ਦੈਟਸ ਇਟ ਕੁਛ ਨਾ ਸੋਚੋ SDS ਦੇ ਵਿੱਚ ਜੇ ਰਿਜੈਕਟ ਹੁੰਦਾ ਕੋਈ ਚੱਕਰ ਨਹੀਂ ਨੋਟ ਅ ਬਿਗ ਡੀਲ ਮੈਨ SDS ਇਜ਼ ਜਸਟ ਅ ਫਾਸਟ ਪ੍ਰੋਸੈਸ ਹੋਰ ਕੁਛ ਨਹੀਂ ਹੁੰਦਾ SPP ਵੀ ਆਈ ਸੀਗਾ ਫਾਸਟ ਪ੍ਰੋਸੈਸ ਸੀਗਾ ਜੇ ਉੱਥੇ 45 ਦਿਨ ਲੱਗਦੇ ਉੱਥੇ 60 ਲੱਗ ਜਾਣਗੇ 70 ਲੱਗ ਜਾਣਗੇ 80 ਲੱਗ ਜਾਣਗੇ ਹੋਰ ਤਾਂ ਕੁਛ ਨਹੀਂ ਨਾ ਪ੍ਰੋਸੈਸਿੰਗ ਟਾਈਮ ਆ ਉਹ ਤੇਜ਼ ਹੁੰਦਾ ਜਿੱਥੋਂ ਤੱਕ ਮੈਨੂੰ ਲੱਗਦਾ ਇੱਥੇ ਬਹੁਤ ਸਿਆਣੇ ਬੈਠੇ ਪਰ ਇਹ ਮੈਨੂੰ ਲੱਗਦਾ ਵੀ ਯਾਰ ਕੋਈ ਐਵੇਂ ਕੋਈ ਫਰਕ ਨਹੀਂ ਪੈਂਦਾ SDS ਜਾਂ ਜਰਨਲ ਕੋਈ ਚੱਕਰ ਨਹੀਂ ਤੁਸੀਂ ਬੜਾ ਰਿਜੈਕਟ ਹੁੰਦਾ ਨਾ ਤੁਸੀਂ ਢੇਰੀ ਨਹੀਂ ਢਾਉਣੀ ਅਤੇ ਤੁਸੀਂ ਜਰਨਲ ਦੇ ਵਿੱਚ ਅਪਲਾਈ ਕਰਦੇ ਹੋ ਕੋਈ ਚੱਕਰ ਨਹੀਂ ਕਾਲਜ ਬਾਰੇ ਦੱਸਦਾ ਉਹਦਾ DLI ਨੰਬਰ ਹੈਗਾ ਕਈਆਂ ਕਾਲਜਾਂ ਦਾ ਵਰਕ ਪਰਮਿਟ ਨਹੀਂ ਆਉਂਦਾ ਤਾਂ ਉਹਦੇ ਵਾਸਤੇ ਵੀ ਆਪਣੇ ਕੋਲ ਹੱਲ ਹੈਗਾ ਦੱਸਦਾ ਮੈਂ ਕੀ ਕਰਨਾ ਸਭ ਤੋਂ ਪਹਿਲਾਂ ਕੀ ਕਰਨਾ ਤੁਸੀਂ ਗੂਗਲ ਦੇ ਵਿੱਚ ਜਾਣਾ ਉੱਥੇ ਲਿਖਣਾ CIC ਕਾਲਜ ਲਿਸਟ ਮੈਂ ਗੂਗਲ 'ਤੇ ਆਇਆ ਸੀ ਇੱਥੇ ਮੈਂ ਲਿਖਿਆ CIC ਕਾਲਜ ਲਿਸਟ ਆ ਖੋਲਿਆ ਮੈਂ ਇੱਥੇ ਸਾਰੀ ਇਨਫੋਰਮੇਸ਼ਨ ਹੁੰਦੀ ਹੈ ਤਾਂ ਤੁਸੀਂ ਕੀ ਕਰਨਾ ਤੁਸੀਂ ਵਿਊ ਲਿਸਟ ਬਾਏ ਪ੍ਰੋਵਿੰਸਾਂ ਸਾਰੀਆਂ ਪ੍ਰੋਵਿੰਸਾਂ ਦੱਸੀਆਂ ਹੋਈਆਂ ਜਿੱਥੇ ਭਾਵੇਂ ਅਲਬਰਟਾ 'ਚ ਕਾਲਜ ਹੈ PC 'ਚ ਕਾਲਜ ਹੈ ਮੈਨੀਟੋਬਾ ਹੈ ਨਾ ਸਾਰੀਆਂ ਪ੍ਰੋਵਿੰਸਾਂ ਦੇ ਕਾਲਜ ਬਾਰੇ ਇਨਫੋਰਮੇਸ਼ਨ ਹੁੰਦੀ ਹੈ ਅੰਟਾਰੀਓ ਰਹੀ ਨਾ ਹੁਣ ਅੱਜ ਮੈਂ ਕਾਲਜ ਆ ਗਿਆ ਲਿਖਿਆ ਹੋਇਆ ਇਹਨਾਂ ਦਾ DLI ਨੰਬਰ ਆ ਕਾਲਜ ਦਾ ਆ ਸਾਰੇ DLI ਨੰਬਰ ਲਿਖੇ ਹੋਏ ਆ
ਇਹ ਸਾਰੇ ਜਿੰਨੇ ਵੀ ਹੈਗੇ ਨਾ, ਜੋ ਕਿਸੇ ਦਾ ਵਰਕ ਪਰਮਿਟ ਨਹੀਂ ਆਉਣਾ ਜੋ ਤੁਸੀਂ ਅਪਲਾਈ ਕਰੋਗੇ। ਸੈਕਿੰਡ ਪੇਜ ਦੇਖਦੇ ਹਾਂ, ਇਹਨਾਂ 'ਚੋਂ ਵੀ ਕਿਸੇ ਦਾ ਨਹੀਂ ਆਉਣਾ। ਡੀ ਐਲ ਆਈ ਨੰਬਰ ਹੈਗਾ, ਡੀ ਐਲ ਆਈ ਨੰਬਰ ਹੈਗਾ ਇਹਨਾਂ ਦਾ, ਇਹਦਾ ਵੀ ਡੀ ਐਲ ਆਈ ਨੰਬਰ ਹੈਗਾ, ਇਹਦਾ ਵੀ ਹੈਗਾ, ਪਰ ਇਹਨਾਂ ਦਾ ਵਰਕ ਪਰਮਿਟ ਨਹੀਂ ਆਉਣਾ। ਇੱਥੇ ਲਿਖਿਆ ਪਿਆ ਸਾਰਿਆਂ ਕਾਲਜਸ ਦਾ ਵਰਕ ਪਰਮਿਟ ਨਹੀਂ ਆਉਣਾ, ਇੱਕ ਵਾਰੀ ਚੈੱਕ ਜ਼ਰੂਰ ਕਰਿਓ। ਆਹ ਯੂਨੀਵਰਸਿਟੀ ਆ ਹੈਂਪਟਨ 'ਚ, ਅਤੇ ਇੱਥੇ ਲਿਖਿਆ ਪਿਆ ਇਹਦਾ ਵਰਕ ਪਰਮਿਟ ਆਉਣਾ, ਸੋ ਇਹਦਾ ਆਊਗਾ, ਇਹਦਾ ਵੀ ਆਊਗਾ, ਆਹ ਵੀ ਹੁਣ ਇਹਦਾ ਵੀ ਆਉਣਾ। ਯੈਸ ਲਿਖਿਆ ਹੋਇਆ, ਯੈਸ ਯੈਸ। ਇੰਡੀਆ ਬੈਠੇ ਸਭ ਕੁਛ ਚੈੱਕ ਕਰ ਸਕਦੇ ਹੋ, ਕੋਈ ਬਿਗ ਡੀਲ ਨਹੀਂ ਹੈ ਨਾ। ਜ਼ਰੂਰੀ ਨਹੀਂ ਗਾ ਵੀ ਤੁਸੀਂ ਏਜੰਟਾਂ ਕੋਲ ਜਾਣਾ ਅਤੇ ਉਹਨਾਂ ਨੂੰ ਪੁੱਛਣਾ ਵੀ ਯਾਰ ਵੀ ਮੈਂ ਕਿਹੜਾ ਕਾਲਜ ਲੱਗਾ। ਹੁਣ ਤੁਸੀਂ ਡਿਸਾਈਡ ਕਰਨਾ ਵੀ ਤੁਸੀਂ ਕਿਹੜੇ ਕਾਲਜ ਆਉਣਾ, ਵੀ ਜਗ੍ਹਾ 'ਤੇ ਆਉਣਾ, ਸਾਰਾ ਕੁਛ ਨੈੱਟ ਦੇ ਉੱਤੇ ਆ। ਕਾਲਜ 'ਚ ਜਾਣਾ, ਸੀ ਆਈ ਸੀ ਦੇ ਵਿੱਚ ਖੋਲ੍ਹਣਾ, ਅਪਲਾਈ ਸਿਲੈਕਟ ਕਰਨਾ, ਮੇਕ ਸ਼ਿਓਰ ਵੀ ਵਰਕ ਪਰਮਿਟ ਆਉਂਦਾ ਹੋਵੇ ਕਾਲਜ ਦਾ, ਫਿਰ ਬਾਅਦ 'ਚ ਔਖੇ ਹੋਣਗੇ, ਔਰ ਬਾਅਦ 'ਚੋਂ ਫਿਰ ਪੜ੍ਹਾਈ ਚੱਕਣੀ ਪੈਣੀ ਆ ਜਾਂ ਇੱਥੇ ਲੋਇਰਾਂ ਨੂੰ ਪੈਸੇ ਦੇਣੇ ਪੈਣੇ ਆ। ਬਾਕੀ ਜੇ ਹੈਲਪ ਇੱਥੋਂ ਚਾਹੀਦੀ ਹੈ ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਮੈਸੇਜ ਕਰ ਸਕਦੇ ਹੋ। ਹਰ ਇੱਕ ਵੀਕਐਂਡ ਲਾਈਵ ਹੁੰਦਾ ਮੇਰੇ ਨਾਲ, ਲਾਈਵ ਹੋਣਾ ਮੈਨੂੰ ਕਾਲ ਕਰੋ, ਮੈਂ ਹਰ ਇੱਕ ਨਾਲ ਗੱਲ ਕਰਦਾ। ਕਈ ਵਾਰੀ ਮੈਸੇਜਸ ਦਾ ਰਿਪਲਾਈ ਨਹੀਂ ਹੁੰਦਾ, ਸੋ ਮਾਫੀ ਚਾਹੁੰਦਾ, ਇਸ ਕਰਕੇ ਮੈਂ ਵੀਕਐਂਡ 'ਤੇ ਲਾਈਵ ਹੁੰਦਾ। ਕੋਈ ਵੀ ਤਰ੍ਹਾਂ ਦੀ ਪ੍ਰੋਬਲਮ ਹੈਗੀ ਹੈ ਤਾਂ ਤੁਸੀਂ ਮੇਰੇ ਤੋਂ ਪੁੱਛ ਸਕਦੇ ਹੋ, ਸਬਸਕ੍ਰਾਈਬ ਕਰ ਲਓ ਚੈਨਲ, ਲਾਈਕ ਕਰ ਦਿਓ, ਹੋਰ ਵੀਡੀਓਜ਼ ਆਉਣਗੀਆਂ, ਤੁਹਾਨੂੰ ਅਪਡੇਟ ਦਿੰਦੇ ਰਹਾਂਗੇ ਜੇ ਹੋਰ ਕੋਈ ਰੂਲ ਵਗੈਰਾ ਚੇਂਜ ਹੋ। ਚੱਲ ਜੀ ਸਾਰਿਆਂ ਨੂੰ।